किसान जथेबंदियों के वलों जिथे दिल्ली के बार्डर से बैठ के प्रदर्शन किया जा रहा है उत्थे किसान के हक में रागी सभा के रागी भी दिल्ली पहुँच रहे हैं। अज अमृतसर तो एक वफद दिल्ली के लिए रवाना होया है। रागी सभा के रागियों वलों जानकारी देंदे हुए दसिया गया है कि असी लगातार ही किसानों के नाल हाँ और उन्होंने वालों विढ़ी गई मुहिम के चलद्या उन्होंने समर्थन दिता जा रहा है। उन्होंने दसिया कि अज असी दो बसा 35 के करीब गड्डिया लैके दिल्ली रवाना हो रहे हाँ अते हुण जिन्नी देर तक दिल्ली फतेह नहीं कर लिती जांदी उन्ना समा ओह उत्थे बैठ के ही प्रदर्शन करनगे। उन्होंने कहा कि किसान लगातार ही अपने अंदोलन नूं तिखा करदे जा रहे हन अते सारी रागी सभा अते ढाडी अते कुशरी उन्हां दे नाल हन। इस मौके दौरान पत्रकारां दे नाल गलबात करदिआं इस पूरे मामले बारे सचखंड श्री हरिमंदर साहिब दे हजूरी रागी अते श्री अकाल तख्त साहिब दे मुख ग्रंथी वल्लों इस पूरे मामले बारे होर की कहा गया तुसीं आप ही सुण लवो। ਸਾਨੂੰ ਪੂਰਨ ਤੌਰ 'ਤੇ ਭਰੋਸਾ ਹੈ ਗੁਰੂ ਸਾਹਿਬਾਨ 'ਤੇ ਔਰ ਜਦੋਂ ਖਾਲਸਾ ਅਰਦਾਸ ਕਰਕੇ ਤੁਰਿਆ ਨਾ ਉਹ ਫਤਿਹ ਪਾ ਕੇ ਵਾਪਸ ਮੁੜਦਾ ਔਰ ਸਾਨੂੰ ਵੀ ਪੂਰਨ ਯਕੀਨ ਹੈ ਭਰੋਸਾ ਕਿ ਅਸੀਂ ਚੱਲੇ ਹਾਂ ਅਤੇ ਗੁਰੂ ਕਿਰਪਾ ਕਰੇਗਾ ਫਤਿਹ ਜ਼ਰੂਰ ਸਾਡੀ ਝੋਲੀ 'ਚ ਪਏਗੀ। ਕਿਉਂ ਨਹੀਂ ਸੁਣਦੀ ਅਸੀਂ? ਐਸਾ ਨਹੀਂ ਕਿ ਸਰਕਾਰਾਂ ਨੂੰ ਸਮਝ ਕੋਈ ਨਹੀਂ, ਸਮਝ ਸਾਰੀ ਹੈ ਪਰ ਸਰਕਾਰ ਬੇਈਮਾਨ ਹੋ ਚੁੱਕੀ ਹੈ ਕਿਉਂਕਿ ਸਰਕਾਰ ਆਪ ਉਹਦੇ ਵਿੱਚ ਹਿੱਸੇਦਾਰੀ ਜਿਨ੍ਹਾਂ ਨੂੰ ਉਹ ਫਾਇਦਾ ਦੇਣਾ ਚਾਹੁੰਦੇ ਨੇ ਨਾ ਉਹਨਾਂ ਦੇ ਵਿੱਚ ਇਹਨਾਂ ਦੀ ਪਾਰਟਨਰਸ਼ਿਪ ਹੈ। ਇਸ ਕਰਕੇ ਸਰਕਾਰ ਇਸ ਚੀਜ਼ ਨੂੰ ਉਹ ਨਹੀਂ ਮੰਨਣਾ ਚਾਹੁੰਦੀ ਕਿਉਂਕਿ ਉਹਨਾਂ ਦਾ ਹਿੱਸਾ ਜਾਂਦਾ। ਅਗਰ ਉਹਨਾਂ ਨੂੰ ਇਹ ਪਤਾ ਹੋਵੇ ਨਾ ਕਿ ਕੇਵਲ ਇਹ ਪਬਲਿਕ ਦੀ ਗੱਲ ਹੈ ਤਾਂ ਸਰਕਾਰ ਉਹਨੂੰ ਕਦੇ ਤਾਂ ਮੰਨ ਜਾਂਦੀ ਔਰ ਇਹ ਕਾਨੂੰਨ ਆਉਣੇ ਹੀ ਨਹੀਂ ਸਨ, ਇਹ ਲਿਆਂਦੇ ਹੀ ਇਸ ਕਰਕੇ ਗਏ ਨੇ। ਔਰ ਜਿਸ ਬੰਦੇ ਨੂੰ ਤਖ਼ਤ 'ਤੇ ਬੈਠਿਆਂ ਜਦੋਂ ਹੰਕਾਰ ਆ ਜਾਂਦਾ ਨਾ ਉਸ ਵੇਲੇ ਉਸ ਬੰਦੇ ਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਤੁਸੀਂ ਇਹ ਦੱਸੋ ਕਿ ਇੱਕ ਬੰਦੇ ਦੀ ਰੀੜ੍ਹ ਦੀ ਹੱਡੀ ਨਾ ਹੋਵੇ ਜਾਂ ਰੀੜ੍ਹ ਦੀ ਹੱਡੀ ਟੁੱਟ ਜਾਏ ਉਹ ਬੰਦਾ ਕਿੰਨਾ ਚਿਰ ਖਲੋ ਸਕੇਗਾ? ਅਤੇ ਇਹਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਸਰਕਾਰ ਨੂੰ ਕਿ ਕਿਸਾਨ ਜਿਹੜੀ ਹੈ ਨਾ ਸਾਡਾ ਕ੍ਰਿਸ਼ੀ ਪ੍ਰਧਾਨ ਦੇਸ਼ ਹੈ, ਇੱਥੇ ਕਿਸਾਨ ਰੀੜ੍ਹ ਦੀ ਹੱਡੀ ਨੇ ਅਤੇ ਜੇ ਕਿਸਾਨ ਹੀ ਕਮਜ਼ੋਰ ਹੋ ਗਿਆ ਤਾਂ ਦੇਸ਼ ਜਿਹੜਾ ਉਹ ਕਦੇ ਵੀ ਖਲੋ ਨਹੀਂ ਸਕੇਗਾ। ਠੀਕ ਹੈ ਸਿੰਘ, ਵੇਖੋ ਇਹ ਪਹਿਲੇ ਨੰਬਰ 'ਤੇ ਕਿਸਾਨਾਂ ਦਾ ਮੁੱਦਾ, ਕਿਉਂਕਿ ਜੇ ਅੱਜ ਅਸੀਂ ਕਹੀਏ ਕਿ ਸਾਡਾ ਬੜਾ ਵੱਡਾ ਯੋਗਦਾਨ ਆ ਅਤੇ ਇਹ ਸਾਡੀ ਮਤਲਬ ਗਲਤੀ ਹੈ। ਧੰਨਵਾਦ ਉਹਨਾਂ ਦਾ, ਕਿਸਾਨ ਸੰਘਰਸ਼ ਕਮੇਟੀਆਂ ਦਾ, ਜਿੰਨੀਆਂ ਵੀ ਕਮੇਟੀਆਂ ਉਹਨਾਂ ਨੇ ਇਹ ਮੁੱਦਾ ਅੱਜ ਤੋਂ ਨਹੀਂ ਇੱਕ ਸਾਲ ਤੋਂ 2 ਸਾਲ ਤੋਂ ਸਾਨੂੰ ਸੁਚੇਤ ਕਰ ਰਹੇ ਆ। ਸਾਨੂੰ ਤਾਂ ਪਤਾ ਕਿ ਅਸੀਂ ਕਿਸਾਨੀ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਾਂ ਅਤੇ ਜਿੱਡਾ ਵੱਡਾ ਇਹ ਮੁੱਦਾ ਬਣ ਗਿਆ, ਵੱਖ ਵੱਖ ਬੁਲਾਰਿਆਂ ਦੇ ਕੋਲੋਂ ਆਪਾਂ ਸੁਣਦੇ ਹਾਂ, ਦਿਲ ਜਿਹੜਾ ਉਹ ਵਾਰ ਵਾਰ ਰੋਂਦਾ ਵੀ ਆ, ਮਨ ਭਰਦਾ ਏ ਕਿ ਸਾਡੀ ਆਪਣੀ ਖੇਤੀ, ਸਾਡਾ ਆਪਣਾ ਘਰ ਅਤੇ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਤਾਂ ਹੀ ਕਿਹਾ ਨਾ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ ਰੱਤ ਪਿੱਤ ਕੁੱਤੇ ਉਹ ਚੱਟ ਜਾਓ। ਇਹ ਉਹਨਾਂ ਲੋਕਾਂ ਨੇ ਇਹ ਵੇਖਿਆ ਕਿ ਇਹ ਲੋਕ ਕਿਵੇਂ ਨਾ ਕਿਵੇਂ, ਇਹ ਅੱਜ ਦੀ ਗੱਲ ਨਹੀਂ ਆ, ਭਾਵੇਂ ਇਹ ਕਿਰਤ ਕਰਨ ਵਾਲਿਆਂ ਦੀ ਗੱਲ ਆ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਆਪ ਕਿਰਤ ਕੀਤੀ, ਸਾਨੂੰ ਉਪਦੇਸ਼ ਕੀਤਾ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਅਸੀਂ ਕਿਰਤ ਵੀ ਕੀਤੀ, ਨਾਮ ਵੀ ਜਪਿਆ ਅਤੇ ਵੰਡ ਕੇ ਛਕਣ ਦਾ ਪਤਾ ਲੱਗਦਾ ਕਹਿੰਦੇ 2% ਨੇ। ਅੱਜ 2% ਦੀ ਗੱਲ ਵਿਸ਼ਵ ਭਰ ਦੇ ਵਿੱਚ ਹੋ ਰਹੀ ਆ, ਕਿਉਂ ਹੋ ਰਹੀ ਹੈ? ਗੁਰੂ ਨਾਨਕ ਦੀ ਕਿਰਪਾ ਦਾ ਸਦਕਾ ਹੈ, ਇਹ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਦਾ ਸਦਕਾ ਹੈ, ਨਹੀਂ ਤਾਂ ਸਾਨੂੰ ਤਾਂ ਪੁੱਛਦੇ ਨਾ, ਸਾਡੀ ਇਹ ਗੱਲ ਨਾ ਕਰਦੇ। ਜਿਸ ਦੇਸ਼ ਦੇ ਕਹਿੰਦੇ ਨਾ ਅਸੀਂ ਰਖਵਾਲੇ ਹਾਂ, ਰਾਜ ਕਰ ਰਹੇ, ਇਹ ਰਖਵਾਲੇ ਨਹੀਂ ਆ, ਇਹ ਲੁਟੇਰੇ ਨੇ। ਰਾਜ ਸਾਡਾ ਬਣਦਾ ਕਿਰਤੀਆਂ ਦਾ, ਪਰ ਕਰ ਇਹ ਰਹੇ ਨੇ। ਸਾਡੀ ਬਦਕਿਸਮਤੀ ਆ ਕਿ ਅਸੀਂ ਆਪਸ ਵਿੱਚ ਪਾਟੇ ਹੋਏ ਹਾਂ। ਅੱਜ ਵੇਖਿਆ ਦਿੱਲੀ ਦੇ 4 ਚੁਫੇਰਿਓਂ ਘੇਰਾ ਪਾਇਆ, ਉਹ ਖਾਲੀ ਪੰਜਾਬ ਦੇ ਕਿਸਾਨਾਂ ਨੇ ਸੁਚੇਤ ਕੀਤਾ, ਇਨਕਲਾਬ ਦੀ ਆਵਾਜ਼ ਬੁਲੰਦ ਕੀਤੀ, ਪਰ ਵਿਸ਼ਵ ਭਰ ਦੇ ਕਿਸਾਨ ਜਿਹੜੇ ਆ, ਫਰਾਂਸ, ਜਰਮਨੀ, ਅਮੈਰੀਕਾ, ਕੈਨੇਡਾ, 4 ਚੁਫੇਰਿਓਂ ਆਵਾਜ਼ਾਂ ਆ ਰਹੀਆਂ ਅਤੇ ਸਮੁੱਚੇ ਭਾਰਤ ਦੇ ਕਿਸਾਨ, ਰਾਜਸਥਾਨ ਦੇ, MP ਦੇ, ਕੇਰਲਾ ਦੇ ਇਹ ਗੱਲ ਮੰਨ ਰਹੇ ਆ ਕਿ ਪੰਜਾਬ ਸਾਡਾ ਭਰਾ ਵਾ ਅਤੇ ਪੰਜਾਬੀਆਂ ਦੇ ਵਿੱਚ ਅਣਖ ਗੈਰਤ ਹੈਗੀ ਆ, ਉਹਨਾਂ ਸਾਨੂੰ ਜਗਾਇਆ, ਅੱਜ ਉਹ ਵੀ ਸਾਡੇ ਨਾਲ ਆਣ ਕੇ ਖਲੋ ਗਏ ਆ। ਅਤੇ ਸਾਡੇ ਜਿਹੜੀ ਜਿਵੇਂ ਕਿਸਾਨੀ ਰੀੜ੍ਹ ਦੀ ਹੱਡੀ ਆ ਦੇਸ਼ ਨੂੰ ਚਲਾਉਣ ਵਾਸਤੇ, ਵਿਸ਼ਵ ਨੂੰ ਚਲਾਉਣ ਵਾਸਤੇ, ਇਸੇ ਤਰ੍ਹਾਂ ਧਰਮ ਨੂੰ ਚਲਾਉਣ ਵਾਸਤੇ ਇਹ ਸਾਡੇ ਪ੍ਰਚਾਰਕ, ਰਾਗੀ, ਢਾਡੀ, ਕਵੀਸ਼ਰ, ਇਹ ਸਾਰੇ ਰੀੜ੍ਹ ਦੀ ਹੱਡੀ ਆ ਸਿੱਖ ਕੌਮ ਦੀ।
ਇਹ ਨਾ ਹੋਣ ਤੇ ਸਾਡਾ ਪ੍ਰਚਾਰ ਨਹੀਂ ਹੋ ਸਕਦਾ। ਕਈ ਵਾਰ ਨਹੀਂ, ਜਦੋਂ ਵੀ ਸਾਨੂੰ ਕਿਸੇ ਨੇ ਆਣ ਕੇ ਇਸ ਤਰ੍ਹਾਂ ਕੀਤਾ ਨਾ, ਉਦੋਂ ਅਸੀਂ ਇਕੱਠੇ ਹੋ ਜਾਂਦੇ ਹਾਂ। ਇਹ ਸਾਡੇ ਗੁਰੂ ਦੀ ਰਹਿਮਤ ਆ, ਇਹ ਗੁਰੂ ਦੀ ਕਿਰਪਾ ਆ ਕਿ ਅੱਜ ਦਿੱਲੀ ਦੀ ਧਰਤੀ 'ਤੇ ਜੇ ਕਹਿ ਲਈਏ ਕਿ ਗੁਰੂ ਨਾਨਕ ਪਾਤਸ਼ਾਹ ਆਪ ਹਾਜ਼ਰ ਨਾਜ਼ਰ ਨੇ, ਜਿਹਦੇ ਚਿਹਰੇ ਵੱਲ ਵੇਖਦੇ ਹਾਂ। ਮੁਸੀਬਤ ਦੇ ਟਾਈਮ ਦੇ ਉੱਤੇ ਬੰਦਾ ਜਿਹੜਾ ਉਹ ਘਬਰਾਉਂਦਾ ਹੈ, ਪਰ ਇਹ ਖਿੜੇ ਮੱਥੇ ਨੇ, ਖਿੜੇ ਚਿਹਰੇ ਨੇ। ਇਸ ਕਰਕੇ ਇਹ ਜਿੱਤ ਤਾਂ ਉਦਣ ਦੀ ਹੋ ਗਈ ਆ ਜਿਸ ਦਿਨ ਦਾ ਦਿੱਲੀ ਨੂੰ ਘੇਰ ਲਿਆ, ਜਿਹੜੇ ਪੱਥਰ ਕਰੇਨਾ ਨਾਲ ਰੱਖੇ ਗਏ ਸੀ ਉਹ ਹੱਥਾਂ ਨਾਲ, ਕਿਉਂਕਿ ਕਿਰਤੀਆਂ ਦੇ ਹੱਥ ਜਿਹੜੇ ਨੇ ਉਹਨਾਂ ਨੇ ਕਰੇਨਾ ਬਣਾਈਆਂ। ਪਰ ਇਹ ਸਰਕਾਰ ਇਸ ਗੱਲ ਨੂੰ ਭੁੱਲ ਗਈ ਆ ਵੀ ਇਹ ਜਿੰਨੇ ਚੌਲਾਂ ਦੇ ਛਿੱਲ ਰਿਹਾ, ਜਿੰਨੀਆਂ ਮਿੱਲਾਂ ਚੱਲਦੀਆਂ ਹੈ, ਗੰਨੇ ਦੀ ਮਿੱਲ ਲਾ ਲਓ, ਜਿੰਨੇ ਵੀ ਇੱਕ ਪਰਿਵਾਰਾਂ ਦੇ ਨਿਰਵਾਹ ਹੁੰਦੇ ਆ, ਸਾਰੇ ਕਿਸਾਨਾਂ ਨਾਲ ਆ। ਅਤੇ ਜੇ ਅੱਜ ਕਿਸਾਨੀ ਖਤਮ ਹੋ ਗਈ ਤਾਂ ਗਰੀਬੀ ਦੀ ਰੇਖਾ ਜਿਹੜੀ ਆ ਇਦੋਂ ਪਤਾ ਹੀ ਨਹੀਂ ਕਿੱਥੋਂ ਤੱਕ ਪਹੁੰਚ ਜਾਵੇ। ਇਸ ਕਰਕੇ ਇਹਨਾਂ ਦਾ ਇਹ ਬਹੁਤ ਗਲਤ ਫੈਸਲਾ ਹੈ, ਇਹ ਮੂਲੋਂ ਰੱਦ ਕਰਨਾ ਚਾਹੀਦਾ ਹੈ। ਇਹ ਭਾਵੇਂ ਅੱਜ ਕਰ ਲੈਣ, ਭਾਵੇਂ ਕੱਲ੍ਹ ਕਰ ਲੈਣ, ਅਖੀਰ ਇਹਨਾਂ ਨੂੰ ਕਰਨਾ ਪਵੇਗਾ, ਕਿਉਂਕਿ ਮੁੱਦਾ ਬਹੁਤ ਵੱਡਾ ਬਣ ਗਿਆ। ਇਸ ਕਰਕੇ ਵਿਸ਼ਵ ਦੇ ਲੋਕ ਜਾਗ ਚੁੱਕੇ ਨੇ, ਸਾਨੂੰ ਪਤਾ ਲੱਗ ਚੁੱਕਾ, ਇਨਕਲਾਬ ਦੀ ਆਵਾਜ਼ ਬੁਲੰਦ ਹੋ ਰਹੀ ਹੈ। ਠੀਕ ਹੈ ਜੀ, ਅਤੇ ਵਿਸ਼ਵ ਦੇ ਕਿਸਾਨਾਂ ਨੂੰ, ਵਿਸ਼ਵ ਦੇ ਕਿਰਤੀਆਂ ਨੂੰ, ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਯੋਗਦਾਨ ਪਾ ਰਹੀਆਂ।